ਇਸ ਟਾਈਮ ਅਸੀਂ ਗੱਲ ਕਰ ਰਹੇ ਹਾਂ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪ੍ਰਮੋਟ ਹੋਣੀਆਂ ਸ਼ੁਰੂ ਹੋ ਜਾਣਗੀਆਂ। 5 ਸਾਲ ਦਾ ਗੈਪ ਪੈ ਜਾਂਦਾ, ਆਈਲੈਟ ਸਕੋਰ ਘੱਟ ਹੈ ਜਾਂ ਨਹੀਂ ਕੀਤਾ ਹੋਇਆ, ਇੱਥੇ ਬੈਂਕਿੰਗ ਦੀ ਪ੍ਰੋਬਲਮ ਹੈ, GT ਕਲੀਅਰ ਕਰਨਾ ਬਹੁਤ ਔਖਾ ਲੱਗਦਾ, ਉਹ ਬੱਚੇ ਸਾਡੇ 408 ਦੇ ਵਿੱਚ ਈਜ਼ੀਲੀ ਅਪਲਾਈ ਕਰਕੇ ਜਾ ਸਕਦੇ ਆ। ਸਾਡਾ ਜਿਹੜਾ ਵੀਜ਼ਾ ਹੋਊਗਾ, ਇਹ ਵੀਜ਼ੇ ਦੇ ਵਿੱਚ ਉੱਥੇ ਜਿਹੜੀਆਂ ਸੋਸ਼ਲ ਐਕਟੀਵਿਟੀਜ਼ ਹੁੰਦੀਆਂ ਉਹਦੇ ਬੇਸ ਦੇ ਉੱਤੇ ਵੀਜ਼ਾ ਹੋਊਗਾ। ਵਰਕਿੰਗ ਹੋਲੀਡੇ ਵੀਜ਼ਾ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ, ਇਹਦੇ ਵਿੱਚ ਤੁਹਾਡੀ ਬਸ +2 ਚਾਹੀਦੀ ਹੈ, ਸਾਨੂੰ ਕੋਈ ਕੁਆਲੀਫਿਕੇਸ਼ਨ ਨਹੀਂ ਹੈ, ਕੋਈ ਆਈਲੈਟਸ ਦੀ ਰਿਕੁਆਇਰਮੈਂਟ ਨਹੀਂ ਹੈ। ਵਰਕਿੰਗ ਹੋਲੀਡੇ ਵੀਜ਼ਾ ਜਿਹੜਾ ਓਪਨ ਹੁੰਦਾ ਸੀ, ਪਰ ਇੰਨਾ ਜ਼ਿਆਦਾ ਜਿਹੜਾ ਹੈ ਇੱਥੇ ਪੰਜਾਬ ਦੇ, ਜੇ ਮੈਂ ਗੱਲ ਕਰਾਂ ਹਰਿਆਣਾ ਦੇ ਵਿੱਚ, ਇੰਨਾ ਪ੍ਰਮੋਟ ਨਹੀਂ ਕੀਤਾ ਜਾਂਦਾ, ਨਹੀਂ ਬੋਲਿਆ ਨਹੀਂ ਜਾਂਦਾ ਸੀ। ਜੇ ਬੱਚੇ ਦਾ ਡਰੋਨ ਨਹੀਂ ਨਿਕਲਦਾ, PR ਲੀਡਿੰਗ ਪ੍ਰੋਗਰਾਮ ਹੋਊਗਾ 491, ਜਿਹਦੇ ਵਿੱਚ 5 ਸਾਲ ਦਾ ਵਰਕ ਪਰਮਿਟ ਹੋਊਗਾ, ਇੱਥੋਂ ਲੈ ਕੇ ਜਾਊਗਾ, ਉਸ ਤੋਂ ਬਾਅਦ ਬੱਚਾ ਉੱਥੇ ਜਾ ਕੇ ਆਪਣਾ PR ਜਿਹੜੀ ਹੈ ਉਹਦੇ ਲਈ ਐਲੀਜੀਬਲ ਹੋਊਗਾ। ਅਤੇ ਅਸੀਂ ਇਸ ਚੀਜ਼ ਨੂੰ ਬੜਾ ਲੱਕੀ ਮੰਨਦੇ ਹਾਂ ਕਿ ਬੱਚਿਆਂ ਦੇ ਡ੍ਰੀਮਸ ਤੱਕ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਹਾਂ। ਜਿਹੜਾ ਵਰਕਿੰਗ ਹੋਲੀਡੇ ਵੀਜ਼ਾ ਹੈ, ਜਿਹਦੇ ਲਈ ਸਾਡੇ ਕੋਲ ਬਿਲਕੁਲ ਸਮਾਂ ਨਹੀਂ ਹੈ, ਬਿਲਕੁਲ ਮੈਂ ਕਹੂੰਗੀ ਕਿ ਹੁਣੇ ਦੇ ਹੁਣੇ ਜੇ ਅਪਲਾਈ ਕਰਨਾ ਹੈ ਤਾਂ ਸਾਨੂੰ ਕਾਲ ਕਰੋ। ਇਹਦੇ ਵਿੱਚ ਕੋਈ ਲੰਬੀ ਚੌੜੀ ਲਿਸਟ ਨਹੀਂ ਹੈ ਬੱਚੇ ਦੀ, ਡਿਪੈਂਡ ਔਨ ਹੋਊਗਾ ਕਿ ਬੱਚਾ ਉੱਥੇ ਕਿਹੜੇ ਪ੍ਰੋਵਿੰਸ ਦੇ ਵਿੱਚ ਅਪਲਾਈ ਕਰਦਾ। ਇਹਦੇ ਜਿਹੜੀਆਂ ਔਨਲਾਈਨ ਜਿਹੜੀਆਂ ਇਹਦੀਆਂ ਰਜਿਸਟ੍ਰੇਸ਼ਨ ਹੋਣੀਆਂ, ਜਿੱਥੇ ਅਸੀਂ ਇਹ ਫਾਈਲਸ ਤੁਹਾਡੀਆਂ ਪੁੱਟ ਔਨ ਕਰਨੀਆਂ ਸਾਈਟਸ ਦੇ ਉੱਤੇ, ਉਹ ਸਿਰਫ 24 ਘੰਟੇ ਲਈ ਜਾਂ 48 ਘੰਟੇ ਲਈ ਓਪਨ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਰੂਹੀ ਗਰੋਵਰ, ਅਤੇ ਅੱਜ ਅਸੀਂ ਆਏ ਹੋਏ ਹਾਂ ਫੇਜ਼ 1 ਮੋਹਾਲੀ ਦੇ ਵਿੱਚ ਕ੍ਰੀਏਟਿਵ ਫਿਊਚਰ ਕੌਂਸਲੈਂਜ਼ਾ ਦੇ ਆਫਿਸ ਦੇ ਵਿੱਚ, ਜਿੱਥੇ ਤੁਹਾਡੇ ਸੁਪਨਿਆਂ ਨੂੰ ਖੰਭ ਮਿਲਦੇ ਨੇ। ਜੀ ਹਾਂ, ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਸਾਡੇ ਨਾਲ ਗੁਰਪ੍ਰੀਤ ਕੌਰ ਮੈਡਮ ਜੀ ਮੌਜੂਦ ਨੇ। ਮੈਡਮ ਜੀ, ਪਹਿਲਾਂ ਤਾਂ ਸਾਨੂੰ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਅਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਸਿਰਫ ਮੋਹਾਲੀ ਦੇ ਵਿੱਚ ਹੀ ਨਹੀਂ ਬਲਕਿ ਆਸਟ੍ਰੇਲੀਆ ਅਤੇ ਕੈਨੇਡਾ ਤੋਂ ਵੀ ਓਪਰੇਟ ਕਰਦੇ ਨੇ, ਉੱਥੇ ਵੀ ਇਹਨਾਂ ਦੇ ਜਿਹੜੇ ਆਫਿਸਿਜ਼ ਨੇ। ਅਤੇ ਅੱਜ ਅਸੀਂ ਬੇਸਿਕਲੀ ਆਸਟ੍ਰੇਲੀਆ ਬਾਰੇ ਜੋ ਹੈ ਇਹਨਾਂ ਦੇ ਨਾਲ ਸਵਾਲ ਜਵਾਬ ਕਰਨ ਵਾਲੇ ਹਾਂ। ਮੈਮ, ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਣ ਜਾ ਰਹੇ ਹਾਂ ਕਿ ਪਹਿਲਾਂ ਤੁਸੀਂ ਕਲਚਰ ਐਕਸਚੇਂਜ ਪ੍ਰੋਗਰਾਮ ਲੈ ਕੇ ਆਏ ਸੀ, ਜਿਸ ਵਿੱਚ ਬਹੁਤ ਸਾਰੇ ਵੀਜ਼ਾਜ਼ ਆਏ ਸੀ, ਵੀਜ਼ਾ ਹੀ ਵੀਜ਼ਾ ਹੋ ਗਿਆ ਸੀ, ਹੁਣ ਕੀ ਨਵਾਂ ਲੈ ਕੇ ਆ ਰਹੇ ਹੋ? ਮੈਮ, ਕਲਚਰ ਐਕਸਚੇਂਜ ਪ੍ਰੋਗਰਾਮ ਬਾਰੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦੀ ਹਾਂ। ਉਸ ਟਾਈਮ ਹਰ ਕੰਸਲਟੈਂਟ ਇਹ ਬੋਲ ਰਿਹਾ ਸੀ ਕਿ ਇਹ ਪ੍ਰੋਗਰਾਮ ਨਹੀਂ ਹੈ, ਇਸ ਪ੍ਰੋਗਰਾਮ ਬਾਰੇ ਗੱਲ ਕੀਤੀ ਜਾਂਦੀ ਸੀ ਕਿ ਇਹ ਪ੍ਰੋਗਰਾਮ ਹੈ ਹੀ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ। ਅਤੇ ਇਸ ਟਾਈਮ ਹਰ ਕੰਸਲਟੈਂਟ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ ਨੂੰ ਪ੍ਰਮੋਟ ਵੀ ਕਰ ਰਿਹਾ ਅਤੇ ਡੀਲ ਵੀ ਕਰ ਰਿਹਾ। ਹੁਣ ਅਸੀਂ ਲੈ ਕੇ ਆਏ ਸਬ ਕਲਾਸ 408, ਜਿਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਉੱਥੇ ਲੈ ਕੇ ਜਾਵਾਂਗੇ, ਜਿਹਦੇ ਵਿੱਚ ਇਹ ਸਾਡਾ ਜਿਹੜਾ ਵੀਜ਼ਾ ਹੋਊਗਾ, ਇਹ ਵੀਜ਼ੇ ਦੇ ਵਿੱਚ ਉੱਥੇ ਜਿਹੜੀਆਂ ਸੋਸ਼ਲ ਐਕਟੀਵਿਟੀਜ਼ ਹੁੰਦੀਆਂ ਉਹਦੇ ਬੇਸ ਦੇ ਉੱਤੇ ਵੀਜ਼ਾ ਹੋਊਗਾ। ਅਤੇ ਬੱਚਾ ਉੱਥੇ ਜਾ ਕੇ ਆਪਣਾ ਸਟੱਡੀ ਪਰਮਿਟ ਵੀ ਕਨਵਰਟ ਕਰਾ ਸਕਦਾ ਹੈ, ਜੇ ਬੱਚਾ ਚਾਹੇ ਕਿ ਮੈਂ ਵਰਕ ਪਰਮਿਟ ਕਨਵਰਟ ਕਰਵਾਉਣਾ ਤਾਂ ਉਹ ਵੀ ਕਨਵਰਟ ਕਰਵਾ ਸਕਦਾ। ਅਤੇ ਇਹਦੇ ਨਾਲ ਨਾਲ ਜਿਹੜੇ ਬੱਚੇ ਸਾਡੇ ਜਿਵੇਂ +2 ਕਰ ਲਈਆ, 5 ਸਾਲ ਦਾ ਗੈਪ ਪੈ ਜਾਂਦਾ, ਆਈਲੈਟ ਸਕੋਰ ਘੱਟ ਹੈ ਜਾਂ ਨਹੀਂ ਕੀਤਾ ਹੋਇਆ, ਇੱਥੇ ਬੈਂਕਿੰਗ ਦੀ ਪ੍ਰੋਬਲਮ ਹੈ, GT ਕਲੀਅਰ ਕਰਨਾ ਬਹੁਤ ਔਖਾ ਲੱਗਦਾ, ਉਹ ਬੱਚੇ ਸਾਡੇ 408 ਦੇ ਵਿੱਚ ਈਜ਼ੀਲੀ ਅਪਲਾਈ ਕਰਕੇ ਜਾ ਸਕਦੇ ਆ। ਟੋਟਲੀ ਕ੍ਰੀਏਟਿਵ ਫਿਊਚਰ ਕੌਂਸਲੈਂਜਾ ਦੀ ਰਿਸਪੋਂਸੀਬਿਲਟੀ ਰਹੂਗੀ, ਅਸੀਂ ਉੱਥੇ ਵੀ ਪੋਸਟ ਲੈਂਡਿੰਗ ਵੀ ਬੱਚੇ ਨੂੰ ਸਰਵਿਸਿਜ਼ ਜਿਹੜੀਆਂ ਉਹ ਪ੍ਰੋਵਾਈਡ ਕਰਵਾਵਾਂਗੇ। ਮੈਮ, ਵਰਕਿੰਗ ਹੋਲੀਡੇ ਵੀਜ਼ਾ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ, ਮੈਮ ਉਸ ਬਾਰੇ ਥੋੜ੍ਹਾ ਦੱਸੋ ਕਿ ਕੀ ਪ੍ਰੋਫਾਈਲ ਹੋਣੀ ਚਾਹੀਦੀ ਹੈ।
ਮੈਮ ਜਿਹੜਾ ਵਰਕਿੰਗ ਹੋਲੀਡੇ ਵੀਜ਼ਾ ਹੈ ਇੰਡੀਆ ਦੇ ਲਈ ਨਾ ਓਪਨ ਹੋਇਆ, ਪਹਿਲਾਂ ਨਾ ਵਰਕਿੰਗ ਹੋਲੀਡੇ ਵੀਜ਼ਾ ਜਿਹੜਾ ਓਪਨ ਹੁੰਦਾ ਸੀ ਪਰ ਇੰਨਾ ਜ਼ਿਆਦਾ ਜਿਹੜਾ ਹੈ ਇੱਥੇ ਪੰਜਾਬ ਦੇ ਜੇ ਮੈਂ ਗੱਲ ਕਰਾਂ ਹਰਿਆਣਾ ਦੇ ਵਿੱਚ ਇੰਨਾ ਪ੍ਰਮੋਟ ਨਹੀਂ ਕੀਤਾ ਜਾਂਦਾ, ਨਹੀਂ ਬੋਲਿਆ ਨਹੀਂ ਜਾਂਦਾ ਸੀ। ਇਹ ਵਰਕਿੰਗ ਹੋਲੀਡੇ ਵੀਜ਼ਾ ਪਹਿਲਾਂ ਤੋਂ ਹੀ ਜਿਹੜਾ ਇਹ ਸਾਲ 'ਚ ਇੱਕ ਵਾਰ ਓਪਨ ਹੁੰਦਾ, ਹੁਣ ਜਿਹੜਾ ਕਿ 1 ਅਕਤੂਬਰ ਤੋਂ ਜਿਹੜਾ ਓਪਨ ਹੋਣ ਜਾ ਰਿਹਾ। ਇਹਦੇ ਵਿੱਚ ਤੁਹਾਡੀ ਬਸ ਪਲੱਸ ਟੂ ਚਾਹੀਦੀ ਹੈ, ਸਾਨੂੰ ਕੋਈ ਕੁਆਲੀਫਿਕੇਸ਼ਨ ਨਹੀਂ ਹੈ, ਕੋਈ ਆਈਲੈਟਸ ਦੀ ਰਿਕੁਆਇਰਮੈਂਟ ਨਹੀਂ ਹੈ। ਅਤੇ ਇਹਦੇ ਵਿੱਚ ਜੇ ਤੁਸੀਂ ਅੱਜ ਸਾਨੂੰ ਕਾਲ ਕਰਕੇ ਰਜਿਸਟ੍ਰੇਸ਼ਨ ਕਰਾਉਂਦੇ ਹੋ ਤਾਂ ਹੀ ਅਸੀਂ ਤੁਹਾਡੇ ਪ੍ਰੋਫਾਈਲ ਨੂੰ 1 ਅਕਤੂਬਰ ਤੱਕ ਪੁੱਟ ਔਨ ਕਰ ਸਕਾਂਗੇ। ਔਰ ਇਹਦੇ ਵਿੱਚ ਮੈਂ ਗੱਲ ਬੱਚੇ ਦੇ ਮਾਇੰਡ ਦੇ ਵਿੱਚ ਆਉਂਦਾ ਹੈ ਕਿ ਇਹਦੇ 'ਚ ਮੇਰਾ ਡਰਾਅ ਨਿਕਲੂਗਾ ਕਿ ਨਹੀਂ ਨਿਕਲੂਗਾ। ਉਹਦੇ ਵਿੱਚ ਅਸੀਂ 491 ਦੀ ਸਰਵਿਸਿਸ ਦੇਵਾਂਗੇ। ਜੇ ਤਾਂ ਬੱਚੇ ਦਾ ਡਰਾਅ ਨਿਕਲ ਗਿਆ ਤਾਂ ਬਹੁਤ ਹੀ ਵਧੀਆ ਗੱਲ ਆ, ਜੇ ਬੱਚੇ ਦਾ ਡਰਾਅ ਨਹੀਂ ਨਿਕਲਦਾ PR ਲੀਡਿੰਗ ਪ੍ਰੋਗਰਾਮ ਹੋਊਗਾ 491, ਜਿਹਦੇ ਵਿੱਚ 5 ਸਾਲ ਦਾ ਵਰਕ ਪਰਮਿਟ ਹੋਊਗਾ, ਇੱਥੋਂ ਲੈ ਕੇ ਜਾਊਗਾ, ਉਸ ਤੋਂ ਬਾਦ ਬੱਚਾ ਉੱਥੇ ਜਾ ਕੇ ਆਪਣਾ PR ਜਿਹੜੀ ਆ ਉਹਦੇ ਲਈ ਐਲੀਜੀਬਲ ਹੋਊਗਾ। ਅਤੇ ਇਸ ਤਰ੍ਹਾਂ ਦੀਆਂ 3 ਜਿਹੜੀਆਂ ਕੈਟਾਗਰੀਜ ਨੇ, ਜਿਹੜਾ ਹੌਟ ਮੈਂ ਕਹਿੰਦੀ ਹਾਂ ਇਸ ਟਾਈਮ ਬੱਚੇ ਦੇ, ਜਿਹੜਾ ਬੱਚਾ ਜਾਣਾ ਚਾਹੁੰਦਾ ਹੁੱਕ ਐਂਡ ਕੁੱਕ, ਮੈਂ ਚੱਲ ਜਾ ਮੇਰੇ ਡ੍ਰੀਮ ਪੂਰੇ ਹੋ ਜਾਣ, ਅਤੇ ਹੌਟ ਪ੍ਰੋਡਕਟ ਨੇ ਇਸ ਟਾਈਮ ਇਸ ਜਿਹੜੀਆਂ ਸਬ ਕਲਾਸ ਹੈ, 3 ਸਬ ਕਲਾਸ ਜਿਵੇਂ 408 ਹੋ ਗਈ, ਔਰ ਦੂਸਰੀ ਜਿਹੜਾ ਵਰਕਿੰਗ ਹੋਲੀਡੇ ਵੀਜ਼ਾ ਹੈ, ਔਰ ਤੀਸਰਾ 491। ਇਹ 3 ਸਬ ਕਲਾਸ ਇਸ ਤਰ੍ਹਾਂ ਦੀਆਂ, ਹਜੇ ਕੋਈ ਵੀ ਕੰਸਲਟੈਂਟ ਨਹੀਂ ਗੱਲ ਕਰੂਗਾ, ਇਸ ਟਾਈਮ ਅਸੀਂ ਗੱਲ ਕਰ ਰਹੇ ਹਾਂ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪ੍ਰਮੋਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਅਤੇ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ ਵੀ ਕ੍ਰੀਏਟਿਵ ਫਿਊਚਰ ਕੌਂਸਲ ਇੰਡੀਆ ਨੇ ਹੀ ਇੱਥੇ ਲਾਂਚ ਕੀਤਾ ਸੀ, ਅਤੇ 408 ਅਤੇ ਵਰਕਿੰਗ ਹੋਲੀਡੇ ਵੀਜ਼ਾ ਅਤੇ 491 ਅਸੀਂ ਹੀ ਲਾਂਚ ਕਰਨ ਜਾ ਰਹੇ ਹਾਂ। ਅਤੇ ਅਸੀਂ ਇਸ ਚੀਜ਼ ਨੂੰ ਬੜਾ ਲੱਕੀ ਮੰਨਦੇ ਹਾਂ ਕਿ ਬੱਚਿਆਂ ਦੇ ਡ੍ਰੀਮਸ ਤੱਕ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਹਾਂ। ਮੈਮ ਕੋਈ ਆਪਸ਼ਨ ਹੈ ਜਾਂ ਫਿਰ ਕੋਈ ਕੈਟੇਗਰੀ ਹੈ ਕਿ ਸਟੱਡੀ ਵੀਜ਼ਾ ਨੂੰ ਕਨਵਰਟ ਕਰਵਾਇਆ ਜਾ ਸਕੇ? ਮੈਮ 408 ਸਭ ਤੋਂ ਵਧੀਆ ਜਿਹੜੀ ਹੈਗੀ ਹੈ ਕਿ ਸਟੱਡੀ ਵੀਜ਼ੇ ਨੂੰ ਕਨਵਰਟ ਕਰਵਾਇਆ ਜਾ ਸਕਦਾ ਹੈ। ਬਾਕੀ ਜਿਹੜਾ ਵਰਕਿੰਗ ਹੋਲੀਡੇ ਵੀਜ਼ਾ ਹੈ ਜਿਹਦੇ ਲਈ ਸਾਡੇ ਕੋਲ ਬਿਲਕੁਲ ਸਮਾਂ ਨਹੀਂ ਹੈ, ਬਿਲਕੁਲ ਮੈਂ ਕਹੂੰਗੀ ਕਿ ਹੁਣੇ ਜੇ ਅਪਲਾਈ ਕਰਨਾ ਤਾਂ ਸਾਨੂੰ ਕਾਲ ਕਰੋ, ਤਾਂ ਹੀ ਅਸੀਂ 1 ਅਕਤੂਬਰ ਨੂੰ ਤੁਹਾਡੀਆਂ ਜਿਹੜੀਆਂ ਫਾਈਲ ਆ ਉਹ ਪੁੱਟ ਔਨ ਕਰ ਸਕਦੇ ਹਾਂ। ਉਹ ਵੀ ਵਰਕਿੰਗ ਹੋਲੀਡੇ ਵੀਜ਼ਾ ਵੀ ਇੱਕ ਤਰੀਕੇ ਨਾਲ ਤੁਸੀਂ ਉੱਥੇ ਜਾ ਕੇ ਸਟੱਡੀ ਪਰਮਿਟ ਵੀ ਲੈ ਸਕਦੇ ਹੋ, ਤੁਸੀਂ ਵਰਕ ਪਰਮਿਟ ਵੀ ਲੈ ਸਕਦੇ ਹੋ, ਤੁਹਾਡੇ ਕੋਲ ਰਾਈਟਸ ਨੇ। ਅਤੇ 408 ਇਹ ਦੋਨੋਂ ਕੈਟਾਗਰੀਜ਼ ਨੇ, 408 ਔਰ ਜਿਹੜਾ ਵਰਕਿੰਗ ਹੋਲੀਡੇ ਵੀਜ਼ਾ, ਇਹਨਾਂ ਦੋਨਾਂ ਦੇ ਵਿੱਚ ਵਰਕ ਪਰਮਿਟ ਵੀ ਲਿਆ ਜਾ ਸਕਦਾ ਔਰ ਸਟੱਡੀ ਵੀਜ਼ਾ ਵੀ। ਅਤੇ ਮੈਮ ਵਰਕ ਪਰਮਿਟ ਕਿਵੇਂ ਹਾਸਲ ਹੋ ਸਕਦਾ, ਕੀ ਪ੍ਰੋਫਾਈਲ ਹੋਣੀ ਚਾਹੀਦੀ ਬੱਚੇ ਦੀ? ਵਰਕ ਪਰਮਿਟ ਦੇ ਲਈ ਮੈਮ +2 ਹੋਣਾ ਚਾਹੀਦਾ ਬੱਚਾ। ਇਹਦੇ ਵਿੱਚ ਕੋਈ ਲੰਬੀ ਚੌੜੀ ਲਿਸਟ ਨਹੀਂ ਹੈ ਬੱਚੇ ਦੀ, ਡਿਪੈਂਡ ਔਨ ਹੋਊਗਾ ਕਿ ਬੱਚਾ ਉੱਥੇ ਕਿਹੜੇ ਪ੍ਰੋਵਿੰਸ ਦੇ ਵਿੱਚ ਅਪਲਾਈ ਕਰਦਾ, ਉੱਥੇ ਐਲੀਜੀਬਿਲਟੀ ਕੀ ਬੱਚੇ ਦੀ ਮੰਨਦੀ ਆ, ਉਸ ਅਕੋਰਡਿੰਗਲੀ ਅਸੀਂ ਬੱਚੇ ਨੂੰ ਦੈਨ ਗਾਈਡ ਕਰਾਂਗੇ। ਮੈਮ ਜਿਹੜੇ ਬੱਚਿਆਂ ਦਾ ਗੈਪ ਬਹੁਤ ਜ਼ਿਆਦਾ ਹੋ ਜਾਂਦਾ, ਉਹ ਕਹਿੰਦੇ ਕਿ ਸਾਨੂੰ ਬਾਕੀ ਕਿਸੇ ਵੀ ਕੰਟਰੀ ਤੋਂ ਜੋ ਹੈ ਵੀਜ਼ਾ ਨਹੀਂ ਮਿਲ ਪਾ ਰਿਹਾ, ਕੀ ਕੋਈ ਹੈ ਇੱਥੇ ਆਪਸ਼ਨ ਕਿ ਉਸ ਬੱਚੇ ਨੂੰ ਭਾਵੇਂ ਜਿੰਨਾ ਮਰਜ਼ੀ ਲੰਬਾ ਗੈਪ ਹੋਵੇ ਉਸਨੂੰ ਵੀਜ਼ਾ ਮਿਲ ਸਕੇ ਆਸਟ੍ਰੇਲੀਆ ਦਾ? ਮੈਮ ਉਹੀ ਆਪਾਂ ਸ਼ੁਰੂ 'ਚ ਜਿਹੜੀ ਗੱਲ ਕੀਤੀ ਆ, 408 ਜਿਹੜਾ ਹੈ ਸਭ ਤੋਂ ਬੈਸਟ ਆਪਸ਼ਨ ਆ ਬੱਚੇ ਦੇ ਲਈ। ਇਹ ਜਿਹੜਾ ਇਹ ਸੋਸ਼ਲ ਐਕਟੀਵਿਟੀ ਵੀਜ਼ਾ ਹੈ ਜਿਹਦੇ ਵਿੱਚ ਅਸੀਂ ਬੱਚੇ ਦੀ ਇਨਵੀਟੇਸ਼ਨ ਮੰਗਵਾਵਾਂਗੇ, ਇੱਥੋਂ ਬੱਚਾ ਸੋਸ਼ਲ ਐਕਟੀਵਿਟੀ ਲਈ ਜਾਊਗਾ, ਉੱਥੇ ਸੋਸ਼ਲ ਐਕਟੀਵਿਟੀ ਜਿਹੜੀ ਆ ਉਹ ਜੁਆਇਨ ਕਰੂਗਾ, ਅਤੇ ਉਸ ਤੋਂ ਬਾਅਦ ਜਿਹੜੀਆਂ ਸੋਸ਼ਲ ਐਕਟੀਵਿਟੀ ਜੁਆਇਨ ਕਰਨ ਤੋਂ ਬਾਅਦ ਜਿਹੜਾ ਉਹਦਾ ਵੀਜ਼ਾ ਹੈ, ਜਿਹੜਾ ਉਹਨੂੰ ਇੱਥੋਂ ਜਾਣ ਲਈ ਪਰਮਿਸ਼ਨ ਮਿਲੀ ਹੈ, ਵੀਜ਼ਾ ਮਿਲਿਆ, ਉਹ ਸਟੱਡੀ ਪਰਮਿਟ ਕਨਵਰਟ ਕਰਾਉਣ ਲਈ ਅਤੇ ਵਰਕ ਪਰਮਿਟ ਕਨਵਰਟ ਕਰਾਉਣ ਲਈ ਬੱਚਾ ਐਲੀਜੀਬਲ ਹੋਊਗਾ, ਉਹਦੇ ਕੋਲ ਅਥਾਰਟੀਜ਼ ਹੋਣਗੀਆਂ ਉਸ ਵੀਜ਼ੇ ਥਰੂ ਕਿ ਉਹ ਆਪਣਾ ਉੱਥੇ ਕਨਵਰਟ ਕਰਵਾ ਸਕਦਾ ਹੈ। ਅਤੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ 1 ਤਰੀਕ ਨੂੰ ਰਜਿਸਟ੍ਰੇਸ਼ਨ ਮੁੜ ਤੋਂ ਓਪਨ ਹੋਣ ਵਾਲੀ ਆ, ਉਸ ਬਾਰੇ ਥੋੜ੍ਹੀ ਜਾਣਕਾਰੀ ਵਰਕਿੰਗ ਹਾਂਜੀ ਵਰਕਿੰਗ ਹੋਲੀਡੇ ਜੀ ਉਸ ਬਾਰੇ ਥੋੜ੍ਹੀ ਜਾਣਕਾਰੀ ਦਿਓ। ਵਰਕਿੰਗ ਹੋਲੀਡੇ ਲਈ ਮੈਂ ਸਟੂਡੈਂਟਸ ਨੂੰ ਇਹੀ ਕਹਿਣਾ ਚਾਹੂੰਗੀ, ਡਿਲੇ ਨਾ ਕਰੋ,
ਉਹਨੇ ਅਪਲਾਈ ਕਰ ਲਓ। ਜੇ ਤੁਸੀਂ ਹੁਣੇ ਤੁਹਾਡੇ ਤੱਕ ਇਹ ਸਾਡੀ ਨਿਊਜ਼ ਜਿਹੜੀ ਆ ਉਹ ਪਹੁੰਚ ਰਹੀ ਆ ਤਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਲਓ, ਕਿਉਂਕਿ ਕ੍ਰੀਏਟਿਵ ਫਿਊਚਰ ਕੌਂਸਲੈਂਜਾ ਦਾ ਜਿੰਨਾ ਵੀ ਸਟਾਫ ਹੈ ਇਸ ਟਾਈਮ ਐਕਟਿਵ ਆ, ਔਰ ਜਿਹੜਾ ਇਹ ਵਰਕਿੰਗ ਹੋਲੀਡੇ ਵੀਜ਼ਾ ਹੈ ਇਹਦੀਆਂ ਜਿਹੜੀਆਂ ਔਨਲਾਈਨ ਜਿਹੜੀਆਂ ਇਹਦੀਆਂ ਰਜਿਸਟ੍ਰੇਸ਼ਨ ਹੋਣੀਆਂ ਹੈ ਜਿੱਥੇ ਅਸੀਂ ਇਹ ਫਾਈਲਸ ਤੁਹਾਡੀਆਂ ਪੁੱਟ ਔਨ ਕਰਨੀਆਂ ਸਾਈਟਸ ਦੇ ਉੱਤੇ, ਉਹ ਸਿਰਫ 24 ਘੰਟੇ ਲਈ ਜਾਂ 48 ਘੰਟੇ ਲਈ ਓਪਨ ਹੁੰਦੀ ਆ। ਜਿੰਨੀਆਂ ਪ੍ਰੋਫਾਈਲਸ ਵੱਧ ਤੋਂ ਵੱਧ ਪਹਿਲੇ ਟਾਈਮ ਦੇ ਵਿੱਚ ਜਿਹੜੀਆਂ ਅਸੀਂ ਪੁੱਟ ਔਨ ਕਰਾਂਗੇ ਉਹੀ ਚੱਕਣ ਦੀ ਕੋਸ਼ਿਸ਼ ਕਰਦਾ ਹੈ ਵੀਜ਼ਾ ਔਫੀਸਰ ਜਾਂ ਉੱਥੇ ਜੋ ਵੀ ਉਹਨਾਂ ਦਾ ਔਨ ਪ੍ਰੈਜੈਂਟ ਡਿਊਟੀ ਔਫੀਸਰ ਹੁੰਦਾ ਹੈ। ਇਸ ਕਰਕੇ ਟਰਾਈ ਅਸੀਂ ਕਰਾਂਗੇ ਕਿ ਬੱਚਿਆਂ ਦੀਆਂ ਜਿਹੜੀਆਂ ਪ੍ਰੋਫਾਈਲਸ ਹੈ ਜਿਹੜੇ ਫਸਟ ਆਰਟਸ ਨੇ ਉਹਦੇ ਵਿੱਚ ਅਸੀਂ ਪੁੱਟ ਔਨ ਕਰੀਏ। ਤਾਂ ਕ੍ਰੀਏਟਿਵ ਫਿਊਚਰ ਕੌਂਸਲੈਂਸਾਂ ਤੋਂ ਸਾਡੇ ਨਾਲ ਸਨ ਗੁਰਪ੍ਰੀਤ ਕੌਰ ਮੈਮ, ਤੁਸੀਂ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਉਸਦੇ ਲਈ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ। ਅਤੇ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹਾਂਗੇ ਕਿ ਜੇਕਰ ਤੁਸੀਂ ਵੀ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਤੁਹਾਡੇ ਕੋਈ ਸਵਾਲ ਨੇ, ਕੈਨੇਡਾ ਜਾਣਾ ਚਾਹੁੰਦੇ ਇਨਫੈਕਟ ਤੁਹਾਡੇ ਕੋਈ ਸਵਾਲ ਨੇ, ਤਾਂ ਤੁਸੀਂ ਡਾਇਰੈਕਟ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੇ ਆਫਿਸ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ, ਆਪਣੇ ਸਵਾਲਾਂ ਦਾ ਸਮਾਧਾਨ ਤੁਸੀਂ ਇੱਥੇ ਲੈ ਸਕਦੇ ਹੋ। ਗੁਰਪ੍ਰੀਤ ਕੌਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਵਾਸਤੇ। ਥੈਂਕ ਯੂ ਜੀ।